ਸਵਾਗਤ ਹੈ ਸਾਰਿਆਂ ਦਾ ਜੱਟਾਂ ਦੇ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰਦੇ ਹੋ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ ਅੰਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਜੇਕਰ ਤੁਸੀਂ ਕੋਈ ਵੀ ਮਸ਼ੀਨਰੀ ਸੇਲ ਕਰਨੀ ਹੁੰਦੀ ਹੈ ਜਿਵੇਂ ਟਰੈਕਟਰ ਟਰਾਲੀ ਕਾਰ ਜੀਪ ਹਾਲ ਤਵੀਆਂ ਤਾਂ ਉਸ ਮਸ਼ੀਨਰੀ ਦੀਆਂ 4-5 ਫੋਟੋਆਂ ਨਾਲ ਹੀ ਉਸ ਦੀ ਲੋੜੀ ਦੀ ਜਾਣਕਾਰੀ ਜਿਵੇਂ ਉਸ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਆ ਇਹ ਸਾਰੀ ਜਾਣਕਾਰੀ ਸਾਨੂੰ ਸਾਡੇ ਏਸ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਕਰਵਾ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ ਐਡ ਕੀਤੀ ਜਾਂਦੀ ਹੈ ਕੋਈ ਕਮਿਸ਼ਨ ਨਹੀਂ ਆਪਣਾ ਤੇ ਕਿ ਜੇ ਕੋਈ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦਾ ਐਡ ਕਰਵਾਉਣ ਲਈ ਤਾਂ ਉਸ ਦਾ ਰੇਟ ਮਾਰਕੀਟ ਵੈਲਿਊ ਹਸਾਂ ਵਾਲੀ ਦੱਸਿਆ ਕਰੋ ਉਹਨਾਂ ਕਰੇਟ ਦੱਸਿਆ ਕਰੋ ਜੇ ਨਿਕਦੀ ਮਸ਼ੀਨਰੀ ਹੋਵੇ ਤੇ ਇੱਕ ਬਹੁਤ ਜ਼ਿਆਦਾ ਵੀਰਾਂ ਦੀ ਕੰਪਲੇਂਟ ਆਉਂਦੀ ਹੈ ਤੇ ਕਮੈਂਟਸ ਆਉਂਦੇ ਨੇ ਕਰੇਟ ਜ਼ਿਆਦਾ ਹੈ ਆਪਾਂ ਕਿਸੇ ਵੀ ਮਸ਼ੀਨਰੀ ਦਾ ਰੇਟ ਫਿਕਸ ਨਹੀਂ ਦੱਸਿਆ ਹੁੰਦਾ ਉਹ ਮਾਲਕ ਵੀਰਾਂ ਵੱਲੋਂ ਦੱਸੀ ਹੋਈ ਇੱਕ ਡਿਮਾਂਡ ਹੁੰਦੀ ਹੈ ਜੋ ਮੌਕੇ ਤੇ ਲੈਸ ਹੋਈ ਜਾਂਦੀ ਹੈ ਇਸ ਕਰਕੇ ਜੇ ਕੋਈ ਵੀ ਮਸ਼ੀਨਰੀ ਖਰੀਦਣ ਦਾ ਚਾਹਵਨ ਹੁੰਦਾ ਹੈ ਤਾਂ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਮਸ਼ੀਨਰੀ ਦਾ ਸਹੀ ਰੇਟ ਪੁੱਛ ਸਕਦਾ ਹੈ ਅੱਜ ਆਪਣੇ ਕੋਲ ਸੇਲ ਵਿੱਚ ਛੇ ਜੀਜਾ ਨੇ ਜੋ ਪਤਾ ਹੈ ਦਿੱਲੀ ਲੈ ਕੇ ਆਏ ਆ 16x7 ਫੁੱਟੀ ਡਬਲ ਲਿਸਟ ਪੰਪ ਵਾਲੀ ਟਰਾਲੀ ਹੈ ਮਹਿੰਦਰਾ 475 ਡੀਆਈ ਟ੍ਰੈਕਟਰ ਹੈ ਰੋਇਲੇ ਇਨ ਫੀਲਡ ਡੀਜ਼ਲ ਵਾਲਾ ਵਰਟ ਹੈ ਮਹਿੰਦਰਾ ਥਾਰ ਗੱਡੀ ਹੈ ਕਰਤਾਰ ਕੰਬਾਈਨ ਹੈ ਤੇ ਮੈਸ਼ੀ 950 ਟਰੈਕਟਰ ਹੈ ਸਭ ਤੋਂ ਪਹਿਲਾਂ ਮਹਿੰਦਰਾ 475 ਡੀਆਈ ਟਰੈਕਟਰ ਦਿਖਾ ਰਹੇ ਆ ਆਪਾਂ ਤੁਹਾਨੂੰ 2006 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਲੁਧਿਆਣਾ ਏਰੀਆ ਹੈ ਜਿੱਥੇ ਟਰੈਕਟਰ ਖੜਾ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਆਲ オリジナル ਟਰੈਕਟਰ ਹੈ ਬਾਡੀ ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਹੈ ਕਿੱਤੋਂ ਵੀ ਰੰਗ ਪੇਂਟ ਲਿਆ ਨਹੀਂ ਹੋਇਆ ਕਿਤੋਂ ਰੰਗ ਪੇਂਟ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਸਾਫ਼ ਸੁਥਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਟਰੈਕਟਰ ਦੇ ਜੋ ਟਾਇਰ ਨੇ 45 ਪੈਸੇ ਟਰੈਕਟਰ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਲੱਗੇ ਹੋਏ ਨੇ ਬਾਕੀ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰਹੀਆਂ ਨੇ ਟਰੈਕਟਰ ਸਿੰਗਲ ਕਲਚ ਸਿੰਪਲ ਸਟੀering ਤੇ ਸੈਂਟਰ ਗੇਅਰ ਦੇ ਨਾਲ ਹੈ ਬਾਕੀ ਇੰਜਨ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਕਿਤੋਂ ਕੋਈ ਲੀਕਿੰਗ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਟਰੈਕਟਰ ਲੈਣ ਸਮੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਆ ਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 2 ਲੱਖ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜੰਮੜ ਸਾਹਿਬ ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਆ ਤੇ ਕੋਈ ਵੀ ਮਸ਼ੀਨਰੀ ਖਰੀਦਣ ਸਮੇ ਉਸ ਮਸ਼ੀਨਰੀ ਦੇ ਕਾਗਜ਼ ਪੱਤਰ ਜਰੂਰ ਚੈੱਕ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਸਕੇ 16x7 ਫੁੱਟ ਡਬਲ ਲਿਫਟ ਪੰਪ ਵਾਲੀ ਟਰਾਲੀ ਦਿਖਾ ਰਹੇ ਆ ਆਪਾਂ ਤੁਹਾਨੂੰ 2020 ਮਾਡਲ ਬਿਲਕੁਲ ਨਵੀਂ ਟਰਾਲੀ ਹੈ ਤੇ ਟਰਾਲੀ ਦਾ ਜੋ ਏਰੀਆ ਆਦਮਪੁਰ ਏਰੀਆ ਜਿੱਥੇ ਟਰਾਲੀ ਖੜੀ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ ਡਬਲ ਟੈਰੀ ਟਰਾਲੀ ਹੈ ਟਰਾਲੀ ਦੇ ਜੋ ਟਾਇਰ ਨੇ 50 ਪੈਸੇ ਟਰਾਲੀ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚਾਰੇ ਟਾਇਰ ਹੈ ਤੇ ਦੋਵੇਂ ਸਾਈਡਾਂ ਤੇ ਟਾਇਰਾਂ ਉੱਪਰ ਵੀਲ ਕੈਪ ਚੜੇ ਹੋਏ ਐ 2 ਫੁੱਟ ਟਰਾਲੀ ਦੀ ਬਾਡੀ ਐ ਤੇ 2.5 ਫੁੱਟਾ ਵਿੱਡ ਐ ਜਾਲੀ ਵਾਲਾ ਵਿੱਡ ਲੱਗਿਆ ਹੋਇਆ ਤੇ ਵਿੱਡ ਦੇ ਉੱਪਰ ਪਾਈਪ ਲੱਗੀ ਹੋਈ ਐ ਤਰਪਾਲ ਵਗੈਰਾ ਪਾਉਣ ਦੇ ਲਈ ਬਾਕੀ LED ਲਾਈਟਸ ਵਗੈਰਾ ਮੰਜਾ ਤੇ ਪਾਣੀ ਵਾਲੀ ਟੈਂਕੀ ਲੱਗੀ ਹੋਈ ਐ ਟੋਟਲੀ ਇੱਕ ਇੱਕ ਐਕਸੈਸਰੀ ਲੱਗੀ ਹੋਈ ਐ ਕੋਈ ਵੀ ਕਮੀ ਪੇਸ਼ੀ ਨਹੀਂ 10 ਇੰਚੀ ਚਾਸੀ 10 ਨਟਾਂ ਰੇਲ ਦਾ ਧੋਰਾ ਲੱਗਿਆ ਹੋਇਆ ਐ ਗਿਣਤੀਆਂ ਬੀਲ 'ਚ ਨੇ ਤੇ ਨੀਚੇ ਹੈਵੀ ਕੈਂਚੀਆਂ ਪਾਈਆਂ ਹੋngਾਂ ਨੇ। ਬਾਕੀ ਲਿਸਟ ਪੰਪ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ। ਏ ਕਲਾਸ ਕੰਡੀਸ਼ਨ ਦੇ ਲਿਸਟ ਪੰਪ ਲੱਗੇ ਹੋਏ ਐ। ਬਾਕੀ ਰਸਤਾ ਇਕੱਠਾ ਕਰਨ ਲਈ ਤੇ ਰਸਾ ਖਿੱਚਣ ਲਈ ਵਧੀਆ ਟੈਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਡੀ ਲਕਸ ਮਾਡਲ ਐ। ਬਾਕੀ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਪੂਰੀ ਫੁੱਲ ਗਾਰੰਟੀ ਐ। ਮਾਲਕ ਵੀਰਾਂ ਨੇ ਟਰਾਲੀ ਦੀ ਜੋ ਡਿਮਾਂਡ ਰੱਖੀ ਐ ਉਹ ਰੱਖੀ ਐ 242000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜੂਗਾ। ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਹ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਹੈ। ਜੇ ਕੋਈ ਵੀ ਮੇਰਾ ਵੀਰ ਇਹ ਟਰਾਲੀ ਉਹਨਾਂ ਤੋਂ ਖਰੀਦਣੀ ਚਾਹੁੰਦਾ ਹੈ ਤਾਂ ਉਹ ਮਾਲਕ ਵੀਰਾਂ ਨਾਲ ਫੋਨ ਤੇ ਗੱਲਬਾਤ ਕਰਕੇ ਇਹ ਟਰਾਲੀ ਉਹਨਾਂ ਤੋਂ ਖਰੀਦ ਸਕਦਾ ਹੈ। ਰਾਇਲ ਅਨਫੀਲਡ ਡੀਜ਼ਲ ਵਾਲਾ ਬੁਲਟ ਦਿਖਾ ਰਹੇ ਆ ਆਪਾਂ ਤੁਹਾਨੂੰ 1999 ਮਾਡਲ ਪੁੱਠੇ ਗੇਅਰ ਵਾਲਾ ਮੋਟਰਸਾਈਕਲ ਹੈ ਤੇ ਮੋਟਰਸਾਈਕਲ ਦਾ ਜੋ ਏਰੀਆ ਹੈ ਜਲਾਲਾਬਾਦ ਏਰੀਆ ਹੈ ਜਿੱਥੇ ਮੋਟਰਸਾਈਕਲ ਖੜਾ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਫੋਟੋਆਂ ਸਕਰੀਨ ਤੇ ਸ਼ੋਹ ਰੀਆਂ ਨੇ। ਸਾਹਸੂਤਰਾ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਦਾ ਰੰਗ ਪੇਂਟ ਪਿਆ ਕਿਤੇ ਤੋਂ ਵੀ ਰੰਗ ਪੇਂਟ ਖਰਾਬ ਨਹੀਂ ਹੋਇਆ ਕਿਤੇ ਕੋਈ ਡੈਮੇਜ ਨਹੀਂ ਕਿਤੇ ਜਰ ਬਗੈਰ ਨਹੀਂ ਲੱਗੀ ਹੋਈ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਖੜਾ ਹੈ ਮੋਟਰਸਾਈਕਲ ਦੇ ਜੋ ਟਾਇਰ ਨੇ 70 75 ਪੈਸੇ ਮੋਟਰਸਾਈਕਲ ਦੇ ਟਾਇਰ ਲੱਗੇ ਹੋਏ ਐ ਸੇਮ ਕੰਡੀਸ਼ਨ ਦੇ ਵਿੱਚ ਦੋਵੇਂ ਟਾਇਰ ਹੈ ਤੇ ਦੋਵੇਂ ਟਾਇਰਾਂ ਤੇ ਅਲਵਾਈ ਵੀਲ ਚੜੇ ਹੋਏ ਨੇ ਟੂ ਸਪੋਕਸ ਅਲਵਾਈ ਵੀਲ ਚ ਲੱਗੇ ਹੋਏ ਐ ਤੇ ਮੋਟਰਸਾਈਕਲ ਦਾ ਪੰਜਾਬ ਦੀ ਨੰਬਰ ਐ ਬਾਕੀ ਇੰਜਨ ਗੇਅਰ ਦਾ ਮੋਟਰਸਾਈਕਲ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਮੋਟਰਸਾਈਕਲ ਦੀ ਪੂਰੀ ਫੁੱਲ ਗਾਰੰਟੀ ਹੈ ਕੋਈ ਪ੍ਰੋਬਲਮ ਨਹੀਂ ਕੋਈ ਕਮੀ ਪੇਸ਼ੀ ਨਹੀਂ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਚੱਲਦਾ ਹੈ ਮੋਟਰਸਾਈਕਲ ਲੈਣ ਸਮੇਂ ਤੁਸੀਂ ਮੋਟਰਸਾਈਕਲ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਆਂ ਮਾਲਕ ਵੀਰਾਂ ਵੱਲੋਂ ਪੂਰੀ ਫੁੱਲ ਗਾਰੰਟੀ ਹੈ ਤੇ ਮਾਲਕ ਵੀਰਾਂ ਨੇ ਮੋਟਰਸਾਈਕਲ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 1,44,000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਦੇ ਮੈਸੇਜ ਕਰਕੇ ਇਹ ਮੋਟਰਸਾਈਕਲ ਉਹਨਾਂ ਤੋਂ ਖਰੀਦ ਸਕਦੇ ਹੋ। ਮਹਿੰਦਰਾ ਥਾਰ ਗੱਡੀ ਦਿਖਾ ਰਹੇ ਆ ਆਪਾਂ ਤੁਹਾਨੂੰ 2014 ਮਾਡਲ ਗੱਡੀ ਹੈ ਤੇ ਗੱਡੀ ਦਾ ਜੋ ਏਰੀਆ ਹੈ ਹਨੂਮਾਨਗੜ੍ਹ ਏਰੀਆ ਹੈ ਜੋ ਕਿ ਰਾਜਸਥਾਨ ਵਿੱਚ ਪੈ ਜਾਂਦਾ ਹੈ ਤੇ ਗੱਡੀ ਦਾ ਹਰਿਆਣੇ ਦਾ ਨੰਬਰ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਬੰਪਰ ਟੂ ਬੰਪਰ ਗੱਡੀ ਆਲ オリジナル ਹੈ। ਏ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਦਾ ਰੰਗ ਪਿੰਟ ਪਿਆ ਕਿਤੇ ਵੀ ਰੰਗ ਪਿੰਟ ਲਿਹਾ ਨਹੀਂ ਹੋਇਆ ਕਿਤੇ ਰੰਗ ਪਿੰਟ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਤੇ ਗੱਡੀ ਦੇ ਜੋ ਟਾਇਰ ਨੇ ਬਿਲਕੁਲ ਨਵੇਂ ਟਾਇਰ ਲੱਗੇ ਹੋਏ ਐ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਐ ਤੇ ਚਾਰੇ ਟਰਾਂ ਤੇ ਅਲਵਾਈ ਵੀਲ ਜੜੇ ਹੋਏ ਐ ਏ ਕਲਾਸ ਕੰਡੀਸ਼ਨ ਦੇ ਅਲਵਾਈ ਵੀਲ ਜ ਲੱਗੇ ਹੋਏ ਨੇ ਤੇ ਜੋ ਸਟਿਪਨੀ ਵਾਲਾ ਟਾਇਰ ਹੈ ਉਹ ਵੀ ਬਿਲਕੁਲ ਨਿਊ ਲੱਗਾ ਹੋਇਆ ਹੈ 80000 ਕਿਲੋਮੀਟਰ ਗੱਡੀ ਚੱਲੀ ਹੋਈ ਹੈ ਗੱਡੀ ਦੇ ਇੰਟੀਰੀਅਰ ਬਾਰੇ ਗੱਲ ਕਰੀਏ ਟਾਪ A ਕਲਾਸ ਕੰਡੀਸ਼ਨ ਦਾ ਇੰਟੀਰੀਅਰ ਲੱਗਿਆ ਹੋਇਆ ਹੈ ਲੈਦਰ ਸੀਟ ਕਵਰਜ ਲੱਗੇ ਹੋਏ ਨੇ ਤੇ ਨੀਚੇ एकदम ਵਧੀਆ ਮੈਟਿੰਗ ਕੀਤੀ ਹੋਈ ਹੈ ਗੱਡੀ ਪਾਵਰ ਬ੍ਰੇਕ ਪਾਵਰ ਵਿੰਡੋਜ਼ ਤੇ ਪਾਵਰ ਸਟੀਅਰਿੰਗ ਦੇ ਨਾਲ ਹੈ ਬਾਕੀ AC ਹੀਟਰ ਗੱਡੀ ਦਾ ਵਧੀਆ A ਕਲਾਸ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਕੋਈ ਕਮੀ ਪੇਸ਼ੀ ਨਹੀਂ ਗੱਡੀ ਲੈਣ ਸਮੇਂ ਤੁਸੀਂ ਗੱਡੀ ਨੂੰ ਚਲਾ ਕੇ ਚੈੱਕ ਕਰਕੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਆ ਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖਿਆ 490000 ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਹਰਿਆ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾਂ WhatsApp ਤੇ ਮੈਸੇਜ ਕਰਕੇ ਇਹ ਗੱਡੀ ਉਹਨਾਂ ਤੋਂ ਖਰੀਦ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਕਰਤਾਰ 4000 ਕੰਬਾਈਨ ਦੀ 2010 ਮਾਡਲ ਕੰਬਾਈਨ ਹੈ ਤੇ ਕੰਬਾਈਨ ਦਾ ਜੋ ਏਰੀਆ ਹੈ ਬਰਨਾਲਾ ਏਰੀਆ ਹੈ ਜਿੱਥੇ ਕੰਬਾਈਨ ਖੜੀ ਹੈ। ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਸਕਰੀਨ ਤੇ ਸ਼ੋਹਰੀਆਂ ਨੇ। ਆਲ オリジナル ਕੰਬਾਈਨ ਹੈ। ਸਾਰਾ ਰੰਗ ਪੇਂਟ ਕੰਬਾਈਨ ਦਾ ਨਾਲ ਦਾ ਹੈ ਕਿਤੇ ਵੀ ਰੰਗ ਪੇਂਟ ਖਰਾਬ ਨਹੀਂ ਹੋਇਆ ਕਿਤੇ ਕੋਈ ਡੈਮੇਜ ਨਹੀਂ ਕਿਤੇ ਜਰ ਵਗੈਰਾ ਨਹੀਂ ਲੱਗੀ ਹੋਈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ ਤੇ ਕੰਬਾਈਨ ਦੇ ਜੋ ਟਾਇਰ ਨੇ 70 75 ਪੈਸੇ ਕੰਬਾਈਨ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਲੱਗੇ ਹੋਏ ਨੇ ਬਾਕੀ ਫੋਟੋਆਂ ਸਕਰੀਨ ਤੇ ਸ਼ੋ ਵੀ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਏ ਕਲਾਸ ਕੰਡੀਸ਼ਨ ਦੇ ਵਿੱਚ ਟਾਇਰ ਪਏ ਆ ਕੰਬਾਈਨ ਦਾ ਪੀਟੀ 1 ਇੰਜਨ ਹੈ ਬਾਕੀ ਇੰਜਨ ਗੇਅਰ ਦੀ ਕੰਬਾਈਨ ਬਿਲਕੁਲ ਓਕੇ ਹੈ ਮਾਲਕ ਵੀਰਾਂ ਅਮ ਲੋ ਕੰਬਾਈਨ ਦੀ ਪੂਰੀ ਫੁੱਲ ਗਾਰੰਟੀ ਹੈ ਕੰਬਾਈਨ ਲੈਂਡ ਸਮੇ ਤੁਸੀਂ ਕੰਬਾਈਨ ਨੂੰ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਕੋਈ ਪ੍ਰੋਬਲਮ ਨਹੀਂ ਤੇ ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 11 ਲੱਖ ਰੁਪਏ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆ ਜਾਂ ਵਟਸਐਪ ਦੇ ਮੈਸੇਜ ਕਰਕੇ ਇਹ ਕੰਬਾਈਨ ਉਹਨਾਂ ਤੋਂ ਖਰੀਦ ਸਕਦੇ ਆ ਮੈਸ਼ੀ ਫਰਗੂਸਨ 9500 ਟਰੈਕਟਰ ਦਿਖਾ ਰਹੇ ਆ ਆਪ ਤੁਹਾਨੂੰ 2017 ਮਾਡਲ ਟਰੈਕਟਰ ਹੈ ਤੇ ਟਰੈਕਟਰ ਦਾ ਜੋ ਏਰੀਆ ਹੈ ਕੋਟਕਪੂਰਾ ਏਰੀਆ ਹੈ ਜੋ ਕਿ ਫਰੀਦਕੋਟ ਜ਼ਿਲ੍ਹੇ ਵਿੱਚ ਪੈ ਜਾਂਦਾ ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਆਲ オリジナル ਟਰੈਕਟਰ ਹੈ ਬਾਡੀ 'ਚ ਅਸੀਂ ਲਿੰਕਨ ਦਾ ਪੇਂਟ ਸਾਰਾ ਨਾਲ ਦਾ ਹੈ ਕਿਤੋਂ ਵੀ ਰੰਗ ਪੇਂਟ ਲਿਹਾ ਨਹੀਂ ਹੋਇਆ ਕਿਤੋਂ ਰੰਗ ਪੇਂਟ ਖਰਾਬ ਨਹੀਂ ਹੋਇਆ ਕੋਈ ਡੈਮੇਜ ਨਹੀਂ ਦੇਖਣ ਨੂੰ ਕਿਤੇ ਸਕ੍ਰੈਚ ਵਗੈਰਾ ਨਹੀਂ ਤੇ ਟਰੈਕਟਰ ਦੇ ਜੋ ਟਾਇਰ ਨੇ ਉਹ ਵੀ ਟਰੈਕਟਰ ਦੇ ਨਾਲ ਦੇ ਟਾਇਰ ਹੈ 80 85 ਪੈਸੇ ਟਰੈਕਟਰ ਦੇ ਟਾਇਰ ਪਏ ਆ ਸੇਮ ਕੰਡੀਸ਼ਨ ਦੇ ਵਿੱਚ ਚਾਰੇ ਟਾਇਰ ਲੱਗੇ ਹੋਏ ਨੇ ਤੇ ਟਰੈਕਟਰ ਦੇ ਪਿਛਲੇ ਰਿੰਬਾਂ ਤੇ ਭੇਡ ਚੜੇ ਹੋਏ ਆ ਤੇ ਟਰੈਕਟਰ ਦੇ ਜੋ ਪਿਛਲੇ ਟਾਇਰ ਨੇ ਉਹ 16x22 ਵਾਲੇ ਲੱਗੇ ਹੋਏ ਆ ਬਾਕੀ ਪੰਜਾਬ ਨੰਬਰ ਟਰੈਕਟਰ ਆ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਤੇ ਨਾਲ ਹੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਟਰੈਕਟਰ ਡਬਲ ਕਲਚ ਪਾਵਰ ਬ੍ਰੇਕ ਪਾਵਰ ਸਟੀering ਸਾਈਡ ਗੇਅਰ ਤੇ ਰਿਵਰਸ ਬੀਟੂ ਦੇ ਨਾਲ ਹੈ 1500 ਘੰਟੇ ਟਰੈਕਟਰ ਚੱਲਿਆ ਹੋਇਆ ਹੈ ਬਾਕੀ ਇੰਜਨ ਗੇਅਰ ਦਾ ਇੱਕਦਮ ਸੀਲਡ ਹੈ ਕਿਤੇ ਵੀ ਟਰੈਕਟਰ ਨੂੰ ਚਾਬੀ ਤੱਕ ਨਹੀਂ ਲੱਗੀ ਹੋਈ ਹੈ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਹੈ ਤੇ ਟਰੈਕਟਰ ਦੀ 2021 ਤੱਕ ਦੀ ਵਾਰੰਟੀ ਪਈ ਹੈ। ਟਰੈਕਟਰ ਲੈਣ ਸਮੇਂ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਆਂ। ਮਾਲਕ ਵੀਰਾਂ ਨੇ ਇਸ ਦੀ ਜੋ ਡਿਮਾਂਡ ਰੱਖੀ ਹੈ ਉਹ ਰੱਖੀ ਹੈ 5,50,000 ਰੁਪਏ। ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ। ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ ਹੈ। ਇਹ ਨੰਬਰ ਵੀਰਾਂ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ। ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆਂ ਜਾਂ WhatsApp ਤੇ ਮੈਸੇਜ ਕਰਕੇ ਇਹ ਟਰੈਕਟਰ ਉਹਨਾਂ ਤੋਂ ਖਰੀਦ ਸਕਦੇ ਆਂ। ਟਰੈਕਟਰ ਦੇ ਉੱਚੇ ਪਾਏ ਜਾਣ ਲੱਗੇ ਹੋਏ ਐ ਜੋ ਕਿ ਏਜੰਸੀ ਵੱਲੋਂ ਹੀ ਆਏ ਐ ਤੇ ਇੱਕ ਸਾਰੇ ਵੀਰਾਂ ਨੂੰ ਹੋਰ ਕੁਐਸਟ ਹੈ ਜਿੰਨੇ ਵੀ ਵੀਰ ਐਡ ਕਰਵਾਉਣ ਲਈ ਕਿਸੇ ਵੀ ਮਸ਼ੀਨਰੀ ਦੀਆਂ ਫੋਟੋਆਂ ਸੈਂਡ ਕਰਦੇ ਐ ਉਹ ਉਸ ਮਸ਼ੀਨਰੀ ਦਾ ਰੇਟ ਏਰੀਆ ਮਾਡਲ ਤੇ ਟਾਇਰ ਕਿੰਨੇ ਪੈਸੇ ਹੁੰਦੇ ਐ ਇਹ ਸਾਰੀ ਜਾਣਕਾਰੀ ਜ਼ਰੂਰ ਦੱਸਦਿਆ ਕਰਨਾ ਜਦੋਂ ਸਾਡੇ ਕੋਲ ਸਾਰੀ ਜਾਣਕਾਰੀ ਨਹੀਂ ਹੁੰਦੀ ਤਾਂ ਐਡ ਲਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਦਿੱਕਤ ਆਉਂਦੀ ਹੈ ਜਿਸ ਕਰਕੇ ਤੁਹਾਡੀ ਐਡ ਲੇਟ ਵੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੂੰ ਸਾਰੀ ਜਾਣਕਾਰੀ ਸੈਂਡ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੀ ਐਡ ਜਲ ਤੋਂ ਜਲਦ ਲਾ ਸਕੀਏ ਤੇ ਤੁਹਾਡੀ ਮਸ਼ੀਨਰੀ ਜਲ ਤੋਂ ਜਲਦ ਸੇਲ ਹੋ ਸਕੇ ਤੇ ਇੱਕ ਜਿੰਨਾ ਵੀਰਾਂ ਨੇ ਆਪਣਾ ਚੈਨਲ ਜੱਟਾਂ ਦੇ ਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆਪਾਂ ਡੇਲੀ ਛੇ ਮਸ਼ੀਨਰੀਆਂ ਦੀ ਇੱਕ ਵੀਡੀਓ ਲੈ ਕੇ ਆਉਂਦੇ ਆ ਜਿਸ ਨੂੰ ਤੁਸੀਂ ਹਰ ਰੋਜ਼ ਦੇਖ ਸਕੋ ਤੇ ਮਿਸ ਨਾ ਕਰ ਸਕੋ ਤੇ ਤੁਹਾਨੂੰ ਕੋਈ ਵੀ ਮਸ਼ੀਨਰੀ ਖਰੀਦਣ ਜਾਂ ਵੇਚਣ ਵਿੱਚ ਆਸਾਨੀ ਮਿਲ ਸਕੇ ਤੇ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਟਰੈਕਟਰ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ